ਦੇਖੋ, ਪੁਲਿਸ ਦੀ ਡਿਊਟੀ ਹੈ ਲੋਅ ਐਂਡ ਆਰਡਰ ਨੂੰ ਬਰਕਰਾਰ ਰੱਖਣਾ, ਕ੍ਰਾਈਮ ਨੂੰ ਪ੍ਰੀਵੈਂਟ ਕਰਨਾ, ਸਾਡੀ ਇਹ ਡਿਊਟੀ ਹੈ ਅਤੇ ਸਾਡੇ ਆਫਿਸਰਸ ਨੇ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਸਮੇਂ ਸਮੇਂ 'ਤੇ ਅਸੀਂ ਮੋਟੀਵੇਟ ਅਤੇ ਐਪਰੀਸ਼ੀਏਟ ਵੀ ਕਰਦੇ ਹਾਂ। ਦੇਖੋ, 2023 'ਚ ਜੇ ਮੈਂ ਗੱਲ ਕਰਾਂ, ਕੋਈ ਵੀ ਸਾਡਾ ਮਰਡਰ ਕੇਸ, ਅਟੈਂਪਟ ਟੂ ਮਰਡਰ ਕੇਸ, ਰੇਪ ਕੇਸ ਅਨਟ੍ਰੇਸ ਨਹੀਂ ਹੈ, ਸਾਰੇ ਟ੍ਰੇਸ ਹੋ ਚੁੱਕੇ ਹੈ। ਇਸ ਕਰਕੇ ਇਸ 'ਚ ਮਤਲਬ ਜ਼ਾਹਿਰ ਤੌਰ 'ਤੇ ਦਿਖਦਾ ਹੈ ਕਿ ਸਾਡੇ ਆਫਿਸਰਸ ਨੇ ਚੰਗਾ ਕੰਮ ਕੀਤਾ। ਚੰਡੀਗੜ੍ਹ 'ਚ ਜਿਹੜੇ ਹਾਈ ਪ੍ਰੋਫਾਈਲ ਗੈਂਗਸਟਰ ਸਾਨੂੰ ਵਾਂਟਿਡ ਸੀ, 17 ਗੈਂਗਸਟਰ ਅਸੀਂ ਫੜੇ ਹਾਂ, ਭਾਰੀ ਮਾਤਰਾ ਵਿੱਚ ਉਹਨਾਂ ਤੋਂ ਵੈਪਨਸ ਐਮੂਨੀਸ਼ਨ ਰਿਕਵਰ ਹੋਇਆ ਹੈ। ਕਈ ਗੈਂਗਸਟਰ ਸਾਨੂੰ ਪਤਾ ਲੱਗਿਆ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਚੰਡੀਗੜ੍ਹ, ਉਹ ਪਹਿਲੇ ਹੀ ਪ੍ਰੀਐਮਟ ਹੋ ਕੇ ਅਸੀਂ ਉਹਨਾਂ ਨੂੰ ਰੋਕਿਆ ਹੈ। ਸਾਡੇ ਕੋਲ ਹਲੇ ਵੀ ਕੰਪਲੇਂਟਸ ਆਉਂਦੀਆਂ, ਕਈ ਬੱਚੇ ਅਤੇ ਪੇਰੈਂਟਸ ਸਾਡੇ ਕੋਲ ਪੇਸ਼ ਹੁੰਦੇ ਹੈ ਕਿ ਵੱਡੀ ਮਾਤਰਾ 'ਚ ਉਹਨਾਂ ਤੋਂ ਪੈਸੇ ਲੈ ਲਿੱਤੇ ਗਏ ਅਤੇ ਬਾਹਰ ਨਹੀਂ ਭੇਜਿਆ ਆ, ਫੇਕ ਟਿਕਟਸ ਦਿੱਤੀਆਂ। ਉਹਨਾਂ 'ਤੇ ਸਖਤ ਕਾਰਵਾਈ ਕਰਦੇ ਹਾਂ। 78 FIRs ਅਸੀਂ ਰਜਿਸਟਰ ਕੀਤੀਆਂ ਕੱਲੀ ਇਮੀਗ੍ਰੇਸ਼ਨ ਫੋਰਮਸ 'ਤੇ ਜਿਹੜੇ ਫਰੋਡ ਕਰ ਰਹੀਆਂ ਸੀ ਬੱਚਿਆਂ ਨਾਲ। ਰੈਸਟੋਰੈਂਟ ਓਨਰਸ ਨੂੰ ਅਸੀਂ ਦੱਸਤਾ ਜਿੱਥੇ ਲਿਕਰ ਸਰਵਿੰਗ ਟਾਈਮ 12 ਵਜੇ ਆ, 12:10 ਤੱਕ ਉਹ ਰੈਸਟੋਰੈਂਟਸ ਬੰਦ ਹੋ ਜਾਣ, ਲੋਕ ਡਿਸਪਰਸ ਹੋ ਜਾਣ। ਕਈ ਜਗ੍ਹਾ ਲਿਕਰ ਸਰਵਿੰਗ ਟਾਈਮ 2 ਵਜੇ ਤੱਕ ਦਾ, ਉੱਥੇ ਪੁਲਿਸ ਦੀ ਪ੍ਰੈਜੈਂਸ ਰੱਖੀ ਜਾਏਗੀ ਅਤੇ ਉੱਥੇ ਉਹਨਾਂ ਨੂੰ ਸੇਫਟੀ ਮਹਿਸੂਸ ਕਰਾਈ ਜਾਏਗੀ। ਪੂਰਾ ਚੰਡੀਗੜ੍ਹ ਸ਼ਹਿਰ ਜਿਹੜਾ ਆਪਣੇ ਐਂਟਰੀ ਪੁਆਇੰਟਸ 'ਤੇ ਸੀਲ ਕੀਤਾ ਜਾਏਗਾ। ਅੰਦਰ ਵੀ ਸਾਡੇ ਡਰੰਕਨ ਡਰਾਈਵਿੰਗ ਦੇ ਵੱਡੇ ਨਾਕੇ ਲੱਗਣਗੇ ਅਤੇ ਬਹੁਤ ਜ਼ਿਆਦਾ ਨਾਕੇ ਲੱਗਣਗੇ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਹਾਦਸਾ ਨਾ ਵਾਪਰੇ ਜਿਸ 'ਚ ਕੋਈ ਇਨੋਸੈਂਟ ਦੀ ਜਾਨ ਜਾਏ। 2023 ਗੁਜ਼ਰਨ ਜਾ ਰਿਹਾ ਤਾਂ ਚੰਡੀਗੜ੍ਹ ਪੁਲਿਸ ਨੂੰ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਹੋਈਆਂ ਨੇ। ਸਾਡੇ ਨਾਲ SSP ਕੰਵਰਦੀਪ ਮੈਮ ਨੇ ਗੱਲਬਾਤ ਕਰਾਂਗੇ। ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਨਵਾਂ ਸਾਲ ਵੀ ਆ ਰਿਹਾ ਤਾਂ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਹੋਈਆਂ ਨੇ, ਬਹੁਤ ਸਾਰੇ ਗੈਂਗਸਟਰ NDPS ਦੇ ਕੇਸ ਸੁਲਝਾਏ ਨੇ। ਪਹਿਲਾਂ ਤਾਂ ਇਹ ਕਾਮਯਾਬੀਆਂ ਨੂੰ ਕਿਵੇਂ ਦੇਖਦੇ ਹੋ ਅਤੇ ਜਿਹਨੇ ਆਫਿਸਰਸ ਨੇ ਕੰਮ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਅਤੇ ਕਿਹੜੀਆਂ ਕਿਹੜੀਆਂ ਕਾਮਯਾਬੀਆਂ ਹਾਸਲ ਹੋਈਆਂ ਨੇ? ਦੇਖੋ, ਪੁਲਿਸ ਦੀ ਡਿਊਟੀ ਹੈ ਲੋਅ ਐਂਡ ਆਰਡਰ ਨੂੰ ਬਰਕਰਾਰ ਰੱਖਣਾ, ਕ੍ਰਾਈਮ ਨੂੰ ਪ੍ਰੀਵੈਂਟ ਕਰਨਾ, ਸਾਡੀ ਇਹ ਡਿਊਟੀ ਹੈ ਅਤੇ ਸਾਡੇ ਆਫਿਸਰਸ ਨੇ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਸਮੇਂ ਸਮੇਂ 'ਤੇ ਅਸੀਂ ਮੋਟੀਵੇਟ ਅਤੇ ਐਪਰੀਸ਼ੀਏਟ ਵੀ ਕਰਦੇ ਹਾਂ। ਮੈਮ, ਕਿਹੜੇ ਕਿਹੜੇ ਕੇਸ ਜਿਹੜੇ ਤੁਹਾਨੂੰ ਹੁਣ ਤੱਕ ਲੱਗਦੇ ਸੀ ਕਿ ਸੁਲਝੇ ਨਹੀਂ ਸੀਗੇ, 2023 ਦੇ ਵਿੱਚ ਸੁਲਝਾ ਲਏ ਨੇ? ਬਿਲਕੁਲ। ਦੇਖੋ, 2023 'ਚ ਜੇ ਮੈਂ ਗੱਲ ਕਰਾਂ, ਕੋਈ ਵੀ ਸਾਡਾ ਮਰਡਰ ਕੇਸ, ਅਟੈਂਪਟ ਟੂ ਮਰਡਰ ਕੇਸ, ਰੇਪ ਕੇਸ ਅਨਟ੍ਰੇਸ ਨਹੀਂ ਹੈ, ਸਾਰੇ ਟ੍ਰੇਸ ਹੋ ਚੁੱਕੇ ਹੈ। ਇਸ ਕਰਕੇ ਇਸ 'ਚ ਮਤਲਬ ਜ਼ਾਹਿਰ ਤੌਰ 'ਤੇ ਦਿਖਦਾ ਹੈ ਕਿ ਸਾਡੇ ਆਫਿਸਰਸ ਨੇ ਚੰਗਾ ਕੰਮ ਕੀਤਾ। ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ, ਗੈਂਗਸਟਰਾਂ ਦੀ ਇੱਕ ਹੱਬ ਬਣ ਜਾਂਦੀ ਹੈ, ਡੇਰਾਬਸੀ ਦੀ ਗੱਲ ਕੀਤੀ ਹੈ, ਪੰਜਾਬ ਵਾਲੇ ਏਰੀਆ, ਜੀਰਕਪੁਰ ਏਰੀਆ, ਮਤਲਬ ਬਾਰਡਰ ਪੈ ਜਾਂਦਾ, ਉਸ ਤਰੀਕੇ ਨੂੰ ਲੈ ਕੇ ਗੈਂਗਸਟਰਾਂ ਦੇ ਉੱਤੇ ਕਿਵੇਂ ਕਾਰਵਾਈ ਹੋਈ, ਕਿੰਨੇ ਗੈਂਗਸਟਰ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ, ਕਾਰਵਾਈ ਜਿਹਨਾਂ ਦੇ ਉੱਤੇ ਕੀਤੀ ਗਈ? ਚੰਡੀਗੜ੍ਹ 'ਚ ਜਿਹੜੇ ਹਾਈ ਪ੍ਰੋਫਾਈਲ ਗੈਂਗਸਟਰ ਸਾਨੂੰ ਵਾਂਟਿਡ ਸੀ, 17 ਗੈਂਗਸਟਰ ਅਸੀਂ ਫੜੇ ਹਾਂ, ਭਾਰੀ ਮਾਤਰਾ ਵਿੱਚ ਉਹਨਾਂ ਤੋਂ ਵੈਪਨਸ ਐਮੂਨੀਸ਼ਨ ਰਿਕਵਰ ਹੋਇਆ ਹੈ। ਕੋਈ ਵੀ ਐਕਟੀਵਿਟੀ ਜੇ ਚੰਡੀਗੜ੍ਹ 'ਚ ਹੋਏਗੀ ਉਸਨੂੰ ਪ੍ਰੀਐਮਟ ਕਰਦਿਆਂ ਹੋਇਆ ਅਸੀਂ ਫੜਿਆ। ਕਈ ਗੈਂਗਸਟਰ ਸਾਨੂੰ ਪਤਾ ਲੱਗਿਆ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਚੰਡੀਗੜ੍ਹ, ਉਹ ਪਹਿਲੇ ਹੀ ਪ੍ਰੀਐਮਟ ਹੋ ਕੇ ਅਸੀਂ ਉਹਨਾਂ ਨੂੰ ਰੋਕਿਆ ਹੈ। ਤਾਂ ਚੰਡੀਗੜ੍ਹ ਪੁਲਿਸ ਦੀ ਚੰਗੀ ਕਾਰਗੁਜ਼ਾਰੀ, ਗੈਂਗਸਟਰਸ ਦੇ ਅਗੇਂਸਟ ਵੀ ਸਾਡੇ ਆਪਰੇਸ਼ਨ ਸੈੱਲ ਨੇ ਚੰਗਾ ਕੰਮ ਕੀਤਾ। ਜੀ, ਜਿਸ ਤਰੀਕੇ ਦੇ ਨਾਲ ਪਾਸਪੋਰਟ ਦਾ ਇੱਕ ਚੱਲ ਰਿਹਾ ਸੀਗਾ ਕਿ ਲੋਕ ਖੱਜਲ ਖੁਆਰ ਹੁੰਦੇ ਸੀਗੇ, ਪਿੱਛੇ ਜੇ ਗਵਰਨਰ ਸਾਹਿਬ ਨੇ ਵੀ ਕੀਤਾ ਸੀਗਾ, ਉਸ ਦੀ ਕਿਵੇਂ ਫੀਡਬੈਕ ਆਈ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਇਸ ਚੀਜ਼ ਨੂੰ ਕਰਵਾਇਆ? ਸਾਡੇ ਕੋਲ ਹਲੇ ਵੀ ਕੰਪਲੇਂਟਸ ਆਉਂਦੀਆਂ, ਕਈ ਬੱਚੇ ਅਤੇ ਪੇਰੈਂਟਸ ਸਾਡੇ ਕੋਲ ਪੇਸ਼ ਹੁੰਦੇ ਹੈ ਕਿ ਵੱਡੀ ਮਾਤਰਾ 'ਚ ਉਹਨਾਂ ਤੋਂ ਪੈਸੇ ਲੈ ਲਿੱਤੇ ਗਏ ਅਤੇ ਬਾਹਰ ਨਹੀਂ ਭੇਜਿਆ ਆ, ਫੇਕ ਟਿਕਟਸ ਦਿੱਤੀਆਂ। ਉਹਨਾਂ 'ਤੇ ਸਖਤ ਕਾਰਵਾਈ ਕਰਦੇ ਹਾਂ। 78 FIRs ਅਸੀਂ ਰਜਿਸਟਰ ਕੀਤੀਆਂ ਕੱਲੀ ਇਮੀਗ੍ਰੇਸ਼ਨ ਫੋਰਮਸ 'ਤੇ ਜਿਹੜੇ ਫਰੋਡ ਕਰ ਰਹੀਆਂ ਸੀ ਬੱਚਿਆਂ ਨਾਲ, ਅਤੇ ਉਹਨਾਂ ਨੂੰ ਅਸੀਂ ਬੁੱਕ ਕੀਤਾ ਹੈ। ਅਤੇ ਇਹ ਕੋਸ਼ਿਸ਼ ਰਹੇਗੀ ਸਾਡੀ ਕਿ ਇਸ ਤਰ੍ਹਾਂ ਦਾ ਕੋਈ ਵੀ ਕ੍ਰਾਈਮ, ਜਿਹੜੀ ਹਾਰਡ ਅਰਨਡ ਮਨੀ ਸਾਡੇ ਲੋਕਾਂ ਦੀ ਖਰਾਬ ਨਾ ਹੋਏ ਅਤੇ ਕੋਈ ਫਰੋਡਸਟਰ ਇਸ ਤਰ੍ਹਾਂ ਓਪਰੇਟ ਨਾ ਕਰੇ। ਮੈਮ, ਨਵੇਂ ਸਾਲ ਨੂੰ ਲੈ ਕੇ ਕੋਈ ਗਾਈਡਲਾਈਨਸ ਨੇ, ਜਿਵੇਂ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਇਸ ਤਰੀਕ ਨੂੰ ਕੀਤਾ ਗਿਆ, ਚੰਡੀਗੜ੍ਹ ਦੇ ਵਿੱਚ ਕੋਈ ਗਾਈਡਲਾਈਨਸ ਅਜਿਹੀ ਹੈ ਕਿ ਕਿੰਨੇ ਵਜੇ ਤੱਕ ਲੋਕ ਆਪਣਾ ਇੰਜੋਏ ਕਰ ਸਕਦੇ ਨੇ, ਜਾਂ 10, 11, 12 ਵਜੇ ਕੋਈ ਇੱਕ ਟਾਈਮ ਰੱਖਿਆ ਗਿਆ ਹੈ ਪਾਰਟੀ? ਦੇਖੋ, ਰੈਸਟੋਰੈਂਟ ਓਨਰਸ ਨੂੰ ਅਸੀਂ ਦੱਸਤਾ ਜਿੱਥੇ ਲਿਕਰ ਸਰਵਿੰਗ ਟਾਈਮ 12 ਵਜੇ ਆ, 12:10 ਤੱਕ ਉਹ ਰੈਸਟੋਰੈਂਟਸ ਬੰਦ ਹੋ ਜਾਣ, ਲੋਕ ਡਿਸਪਰਸ ਹੋ ਜਾਣ। ਕਈ ਜਗ੍ਹਾ ਲਿਕਰ ਸਰਵਿੰਗ ਟਾਈਮ 2 ਵਜੇ ਤੱਕ ਦਾ, ਉੱਥੇ ਪੁਲਿਸ ਦੀ ਪ੍ਰੈਜੈਂਸ ਰੱਖੀ ਜਾਏਗੀ ਅਤੇ ਉੱਥੇ ਉਹਨਾਂ ਨੂੰ ਸੇਫਟੀ ਮਹਿਸੂਸ ਕਰਾਈ ਜਾਏਗੀ। ਪੂਰਾ ਚੰਡੀਗੜ੍ਹ ਸ਼ਹਿਰ ਜਿਹੜਾ ਆਪਣੇ ਐਂਟਰੀ ਪੁਆਇੰਟਸ 'ਤੇ ਸੀਲ ਕੀਤਾ ਜਾਏਗਾ। ਅੰਦਰ ਵੀ ਸਾਡੇ ਡਰੰਕਨ ਡਰਾਈਵਿੰਗ ਦੇ ਵੱਡੇ ਨਾਕੇ ਲੱਗਣਗੇ ਅਤੇ ਬਹੁਤ ਜ਼ਿਆਦਾ ਨਾਕੇ ਲੱਗਣਗੇ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਹਾਦਸਾ ਨਾ ਵਾਪਰੇ।
ਜਿਸ 'ਚ ਕੋਈ ਇਨੋਸੈਂਟ ਦੀ ਜਾਨ ਜਾਏ, ਅਤੇ ਇਹ ਸਾਰੀ ਸਾਡੀ ਪਬਲਿਕ ਦੀ ਸਹੂਲਤ ਲਈ ਹੈ। ਅਸੀਂ ਕਰਦੇ ਹਾਂ ਰਿਕੁਐਸਟ ਪਬਲਿਕ ਨੂੰ ਸਾਡੇ ਨਾਲ ਕੋਆਪਰੇਟ ਕਰਨ। ਬਹੁਤ ਸਾਰੇ ਹੁੰਦੇ ਨੇ ਹੁਲੜਬਾਜ਼ੀ ਕਰਦੇ ਨੇ ਨਵੇਂ ਸਾਲ ਦੇ ਉੱਤੇ, ਇੰਜੋਏ ਕਰਨ ਲਈ ਦਾਰੂ ਪੀ ਲੈਂਦੇ ਨੇ, ਆਪਣੀ ਸੋਤ ਨਹੀਂ ਰਹਿੰਦੀ, ਉਹਨਾਂ ਦੇ ਉੱਤੇ ਸਿੱਧੀ ਐੱਫ ਆਈ ਆਰ ਹੋਏਗੀ ਜਾਂ ਫਿਰ ਚੇਤਾਵਨੀ ਦਿੱਤੀ ਜਾਏਗੀ ਪਹਿਲਾਂ ਉਹਨਾਂ ਨੂੰ? ਨਹੀਂ, ਅਸੀਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਨਰਲ ਪਬਲਿਕ ਲਈ, ਅਤੇ ਉਹ ਵੀ ਮੇਰੀ ਅਪੀਲ ਹੈ ਕਿ ਕੋਈ ਵੀ ਇਲੀਗਲ ਕਾਰਵਾਈ ਆਏਗੀ ਸਾਹਮਣੇ ਆਪਾਂ ਇਮੀਜੀਏਟਲੀ ਕਾਰਵਾਈ ਕਰਾਂਗੇ। ਕੋਈ ਸੁਨੇਹਾ ਸਾਰੇ ਚੰਡੀਗੜ੍ਹ ਵਾਸੀਆਂ ਨੂੰ, ਜਿਸ ਤਰੀਕੇ ਦੇ ਨਾਲ ਕੋਈ ਵੀ ਕੋਈ ਘਟਨਾ ਹੁੰਦੀ ਹੈ ਜਾਂ ਕੋਈ ਚੀਜ਼ ਹੁੰਦੀ ਹੈ, ਉਹ ਕਿਵੇਂ ਪੁਲਿਸ ਤੱਕ ਗੱਲਬਾਤ ਕਰਨ, ਸਾਰਾ ਕੋਈ ਇੱਕ ਸੁਨੇਹਾ? ਮੇਰਾ ਇਹੀ ਮੈਸੇਜ ਹੈ ਜੀ ਕਿ ਜਿਵੇਂ ਇਸ ਸਾਲ ਸਾਨੂੰ ਕਈ ਕੇਸਿਸ 'ਚ ਪਬਲਿਕ ਨੇ ਡਾਇਰੈਕਟਲੀ ਹੈਲਪ ਕੀਤੀ, ਕਈ ਵਾਰ ਸਪੋਟ 'ਤੇ ਪਬਲਿਕ ਹੁੰਦੀ ਹੈ ਅਤੇ ਪੁਲਿਸ ਨੂੰ ਅਸਿਸਟ ਕਰਦੇ ਹੈ, ਹੈਲਪ ਕਰਦੇ ਹੈ, ਅੱਗੇ ਵੀ ਮੈਂ ਚਾਹੁੰਦੀ ਹਾਂ ਇਸ ਤਰ੍ਹਾਂ ਹੀ ਚੱਲਦਾ ਰਹੇ, ਪੁਲਿਸ ਦੀ ਕੋਆਪਰੇਸ਼ਨ ਕਰਨ, ਹੈਲਪ ਕਰਨ, ਤਾਂ ਕਿ ਚੰਡੀਗੜ੍ਹ ਨੂੰ ਅਸੀਂ ਇੱਕ ਸੁਰੱਖਿਅਤ ਸ਼ਹਿਰ ਬਣਾ ਕੇ ਰੱਖੀਏ। ਬਹੁਤ ਸ਼ੁਕਰੀਆ। ਐਸ ਐਸ ਪੀ ਮੈਮ ਕੰਵਰਦੀਪ ਕੌਰ ਸਾਡੇ ਨਾਲ ਸੀਗੇ, ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਇੱਕ ਸਾਲ ਦੇ ਵਿੱਚ ਸਾਰੀ ਚੀਜ਼ਾਂ ਹੋਈਆਂ ਨੇ ਉਸ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ। ਕੈਮਰਾ ਸਹਿਯੋਗ ਦੇ ਸੀ ਸੁਖਵਿੰਦਰ, ਧੰਨਵਾਦ।